12 बजे पहुंच गए थे हुण घर जाके हंगामा करन लई तैयार आ सी। सो इस टाइम 12 बजे पंज मिनट पए आ ते असी हले सीधा घर नहीं जा रहे क्योंकि हले मैनू जिस टाइम मैनू आइडिया आ मम्मा या कोई भी हले घर कोई ना कोई होएगा साढ़े 12 बजे तक। सो इतों से साढ़े 12 निकलेंगे टिल दैट टाइम आ विरे दे घर रुका के असी खावा पीवा थोड़ी जी मस्ती कर लिए थोड़ी देर। आसार देखते पे कि हाँ घर जाने मेरी हड्डियां नहीं नीचे लगदी पई बस केड़ी केड़ी होवे ते घर पहुंचा किधर आ गड्डी यार भूल भुलैया अपना भूल भुलैया घर बह के बैठे तो मैं उधर मार लिया 3 साल बाद मुड़े कहते सीधा चलो जी आ गई गड्डी तो हूँ फटाफट निकली है अड्डिया मेरी अड्डी झड़ी लगती भी इस टाइम से आ जाओ बस सारे अड़े हूँ गड्डी तक गड्डी बैठते तक प्लैन फिर तो चेंज हो गया घूमते फिर फगवाड़ा गाइए एक बार पहला दोबारा तो फिर 3 साल बाद सारी यादा ताजिया करन करिए उस तो बाद घर जावांगे जो सारे एक बार घर आ जाऊंगे हुण यूक्रेन रशिया की लड़ाई मुका देंगे एक बार बल दे तारे तोड़ लिया चंद्र मेरे अग ला देंगे महाराज रजाई उठा दे बल दे तफ्तीश करके आणगे फिर नाल दी नाल मैनूं फोन या गड्डी वापस तां आणगे ओह वैसे मैनूं फोन कर दूंगे ते मैं समान चाके उत्थे तक पहुंच जाऊंगा फिर बाद च जिहड़ा बाकी दा समान फिर बाद च अगे लै जाऊंगे। इस टाइम 2 बज चुके आ मैनूं फगवाड़े पहुंचे नूं 2 घंटे हो गए आ 2 घंटे तो बस यही प्लैन करी जाने कि घर जाना किदा सारों किदा हला बोलना किदा सारे ते 2 घंटे बाद नूं आ कि जां तां घरों सारे बाहर होण तां मैं घरे जाना जां सारे घरे होण तां घरे जाना हूँ बिच विचार वाला काम जां मैं करना नहीं चाहुंदा क्योंकि मैं जाके पाड़ा गंद फिर किसी नूं पता किसी सारे नूं पता लग जाना घर विच कुछ होया आ फिर बाकी वाली ना कुछ रह नहीं जाना मेरा इतने इस टाइम गर्मी ना बुरा हाल हो चुका गड्डी बैठ के हाले पता नहीं कितना टाइम लगना क्योंकि इतों की तुर के जाने लग जाते हैं 5 से 7 मिनट घर तक
ਸਾਰਾ ਕੁਝ ਯਾਦ ਆ, ਜਿੰਨੀਆਂ ਸਾਰੇ ਉੱਥੇ ਘੁੰਮੇ ਹੋਏ ਆ। ਆ ਗਿਆ ਫੋਨ। ਬਣ ਗਈ ਗੱਲ, ਆਪਾਂ ਲਕੋਲੇ ਆਪਣੇ ਮੂੰਹ, ਬਸ ਨਿਕਲਿਆ। ਹੁਣ ਬੈਗ ਚੱਕ ਲਿਆ, ਬੈਗ ਦੇ ਵਿੱਚ ਸਾਰੇ ਹਥਿਆਰ ਵੀ ਤਿਆਰ ਆ ਨਾਲ ਹੀ ਨਾਲ। ਹੁਣ ਬਸ ਰਸਤੇ 'ਚ ਨਾ ਵੀ ਪਛਾਣ ਲਓ। ਦਿਲ ਦੀ ਧੜਕਣ ਵੱਧਦੀ ਪੂਰੀ ਪੂਰੀ, ਕਿਉਂਕਿ ਖਿਲਾਰਾ ਪੈਣਾ ਘਰ 'ਚ ਜਾ ਕੇ, ਅਤੇ ਪਾਪਾ ਘਰੋਂ ਬਾਹਰ ਪਹਿਲੇ ਸਾਹਮਣੇ ਦੇਖ ਗਏ ਮੈਨੂੰ। ਆਹ ਤਿਆਰ ਆ ਬਸ, ਮੇਰਾ ਕੋਠੇ 'ਤੇ ਚੜ੍ਹਨਾ ਹੁਣ ਉੱਪਰ ਸਿੱਧਾ। ਘਰ ਦੇ ਵਿੱਚ ਪੂਰੀ ਸਾਫ ਸਫਾਈ ਸੀ, ਐਨ ਸ਼ਾਂਤੀ ਪਈ ਹੋਈ ਸੀ। ਮੈਂ ਆ ਕੇ ਬੈਠਾ ਬਸ ਨਾਲ ਦੀ ਨਾਲ ਰੋਲਾ ਰੋਲਾ ਖਿਲਾਰਾ ਦੇਖੋ, ਆਹ ਸਾਰੇ ਪਾਸੇ ਹੋਲੀ ਘਰ ਦੇ ਅੰਦਰ ਬਣਾਈ ਹੋਈ ਹੈ ਇਸ ਟਾਈਮ। I
Here it is so much fun right now. I didn't expect this thing at all. Like everyone, like whole Fugwada just came at my place. Everyone is just gathering up over here. ਜੇ ਮੈਂ ਦੱਸ ਕੇ ਆਇਆ ਹੁੰਦਾ ਇਹ ਸਾਰਾ ਕੁਝ ਇੱਥੇ ਉਹ ਪਾਣਾ ਸੀ ਇਹ ਜੇ ਮੈਂ ਦੱਸ ਕੇ ਆਇਆ ਹੁੰਦਾ ਮੰਦਾ ਇਸ ਟਾਈਮ ਤਾਂ ਤੇਜ਼ ਤੇ ਕਰਕੇ ਨਾ ਗਰਮੀ ਜੀ ਚੜਦੀ ਵੀ ਜ਼ਿਆਦਾ ਹੀ ਹੋਈ ਇੱਥੇ ਆਉਣ ਤੋਂ ਪਹਿਲਾਂ ਨਾ ਪਹਿਲਾਂ ਸੋਚਦੇ ਪਿਆ ਸੀ ਕਿ ਇੱਕ ਤਾਂ ਗਰਮੀ ਪਹਿਲਾਂ ਹੀ ਹੋਣੀ ਆ ਇੱਧਰ ਕਮਾਈ ਇੱਕ ਮਿੰਟ ਕਮਾਈ ਇੱਕ ਮਿੰਟ ਇੱਕ ਮਿੰਟ ਸ਼ਾਂਤੀ ਸ਼ਾਂਤੀ ਆਰਤੀ ਆਉਣ ਤੋਂ ਪਹਿਲਾਂ ਮੈਂ ਪਹਿਲਾਂ ਸੋਚਦਾ ਸੀਗਾ ਕਿ ਇੱਕ ਤਾਂ ਗਰਮੀ ਪਹਿਲਾਂ ਹੀ ਹੋਣੀ ਆ ਜੋ ਉਸ ਤੋਂ ਬਾਅਦ ਬੱਤੀ ਚੱਲ ਗਈ ਮੇਰਾ ਕੀ ਹਾਲ ਹੋਏਗਾ ਪਹਿਲਾ ਦਿਨ ਨਾ ਪਹਿਲਾਂ ਨਾਲ ਖਤਮ ਨਹੀਂ ਹੋਇਆ ਸਾਰੇ ਬੈਠੇ ਆ ਗਰਮੀ ਪਹਿਲਾਂ ਹੀ ਤੇਲ ਦੇ ਕਰਕੇ ਹੋਈ ਪਈ ਆ ਤੇ ਬੱਤੀ ਜਾ ਚੁੱਕੀ ਆ ਤੇ ਮੇਰੇ ਇਸ ਟਾਈਮ ਤੇ ਘਬਰਾਹਟ ਵੱਧਦੀ ਪਈ ਆ ਬੱਤੀ ਗਈ ਆ ਤੇ ਇਸੇ ਤੇ ਕੱਲਾ ਕੱਲਾ ਜਿਹੜਾ ਇਲੈਕਟ੍ਰੀਸ਼ੀਅਨ ਬਣਿਆ ਹੋਇਆ ਆ ਸਾਡੇ ਡਾਕਟਰ ਸਾਹਿਬ ਇਲੈਕਟ੍ਰੀਸ਼ੀਅਨ ਬਣ ਗਏ ਇਲੈਕਟ੍ਰੀਸ਼ੀਅਨ ਦੀ ਡਿਗਰੀ ਕਿੱਥੋਂ ਕੀਤੀ ਵੀਰ ਜੀ ਆ ਲਓ ਜੀ ਆ ਗਏ ਨੇ ਆ ਸਾਡੇ ਟੈਸਟ ਆ ਰਹੇ ਨੇ ਕਰੂਗੇ ਕੋਈ ਨਾ ਕੋਈ ਕਾਰਨਾਮਾ ਅੱਜ ਮੇਰੀ ਇਸ ਟਾਈਮ ਤੇ ਗਰਮੀ ਨਾਲ ਇੰਨੀ ਬੁਰੀ ਹਾਲਤ ਹੋ ਚੁੱਕੀ ਹੈ ਨਾ ਇਸ ਟਾਈਮ ਤੇ ਮੈਂ ਤਾਂ ਰਹਿ ਨਹੀਂ ਹੁੰਦਾ ਪਿਆ ਸਾਰੇ ਜਣੇ ਇਲੈਕਟ੍ਰੀਸ਼ੀਅਨ ਬਣੇ ਹੋਏ ਆ ਲਾਈਟ ਕਿਸੇ ਕੋਲੋਂ ਨਹੀਂ ਚੱਲਦੀ ਪਈ ਪੰਜ ਪੰਜ ਇਲੈਕਟ੍ਰੀਸ਼ੀਅਨ ਲੱਗੇ ਸੀ ਕਿਸੇ ਕੋਲ ਗਾਬੜੀ ਬੜਿਆ ਹੁਣ ਇੱਕ ਹੋਰ ਬੁਲਾਇਆ ਦੇਖਦੇ ਕੀ ਚੰਦ ਚੜਦੇ ਆ ਹੁਣ ਮੌਕਾ ਨਹੀਂ ਦਿੱਤਾ ਗਿਆ ਸਾਨੂੰ ਮੌਕਾ ਨਹੀਂ ਦਿੱਤਾ ਸਾਰੀ ਲਾਈਨਾਂ ਚ ਲੱਗ ਗਏ ਸਾਰੇ ਟੈਸਟਿੰਗ ਵੀ ਸਾਡੇ ਘਰ ਦੀ ਕਰਨੀ ਹੈ ਉਹ ਯਾਰ ਨਹੀਂ ਦਿੱਤੇ ਗਏ ਸਾਨੂੰ ਟੈਸਟ ਨਹੀਂ ਦਿੱਤਾ ਆ ਇੱਕ ਇੱਥੇ ਤੇ ਲੈਟ ਆਉਂਦੀ ਹੈ ਜੀਪ ਲਾ ਕੇ ਦੇ ਪੜਾ ਸੰਗਤਾਂ ਵਾਪਸ ਜਾਣ ਨੂੰ ਕਾਲੀਆਂ ਫੋਟੋ ਖਿੱਚੇ ਬੇੜਾ ਅਸੀਂ ਜਾਣ ਨਹੀਂ ਦੇਣਾ ਥੋੜਾ ਅੱਗੇ ਅੱਗੇ ਆਓ ਅੰਮਾ ਫੋਨ ਚੱਕ ਕੇ ਲੈ ਕੇ ਮੰਗੇ ਅਸੀਂ ਫੋਟੋਸ਼ਾਪ ਦੇ ਮਾਹਿਰ ਨਹੀਂ ਆ ਫੋਨ ਚੱਕ ਕੇ ਲੈ ਕੇ ਮੰਗੇ ਰੂਫ ਕਲਰ ਖੜਾ ਤੁਸੀਂ ਆ ਦੇਖੋ ਵਲੌਗ ਪੈਂਦਾ ਪਿਆ ਸਾਰਾ YouTube ਤੇ ਯਾਰ ਸੰਗੀ ਸਾਰਾ ਕੁਝ YouTube ਤੇ ਜਾ ਰਿਹਾ ਹੈ ਆਜੋ ਆਜੋ ਹਾਂਜੀ ਆ ਕੀ ਆ ਕੀ ਆ